दरअसल यह धरना उन्हां किसानां दे वल्लों लगाया गया है जो लगातार पुलिस तो यह मंग कर रहे ने कि दोषियों की गिरफ्तारी की जाए, पर पुलिस इस मामले वाल बिल्कुल भी ध्यान नहीं दे रही। आखिरकार किसानां ने अक के हुण धरना लगा दिता है। पुलिस प्रशासन के खिलाफ जम के नारेबाजी भी की गई है। दरअसल दो वख-वख मामलों दे विच शामिल दोषियों की गिरफ्तारी नूं लैके भारतीय किसान यूनियन डकौंदा के जिला प्रधान दर्शन सिंह उगोके की अगवाई दे हेठ जथेबंदी दे वल्लों थाणा तपा दे बाहर मुख मार्ग के उत्ते धरना लगा के पुलिस प्रशासन के विरुद्ध जम के नारेबाजी की गई। प्रशासन की माड़ी कारगुजारी के विरुद्ध नारेबाजी करदिआं जिला प्रधान दर्शन सिंह उगोके, जिला मीत प्रधान परमिंदर सिंह हंडियाया, ब्लाक मीत प्रधान कमल सिंह अलकड़ा अते इस तो अलावा होर किसान आगुआ ने कहा कि जथेबंदी दे जिला मीत प्रधान दर्शन सिंह मेहता दे घर पिंड दे ही कुछ लोगों दे वलों हमला किया गया सी, जिस दी शिकायत पुलिस नूं भी दित्ती गई सी। पुलिस ने मामला तो दर्ज किया पर अजे तक दोषियों की गिरफ्तारी नहीं की है अते दोषी शरेआम राजनीतिक शह दे थले आम लोगों वांग ही घूमते हुए नजर आ रहे ने। जिक्रयोग है कि किसान दोषियों की गिरफ्तारी की मांग कर रहे ने। ਟੱਪਾ ਮੰਡੀ ਤੋਂ ਅੱਜ ਦੀ ਆਵਾਜ਼ ਦੇ ਲਈ ਵਿਸ਼ਵਜੀਤ ਸ਼ਰਮਾ ਦੀ ਰਿਪੋਰਟ। ਕਰਦੇ ਵੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਗੁੰਡਿਆਂ ਨੂੰ ਜਿਨ੍ਹਾਂ ਨੇ ਉੱਥੇ ਪਰਿਵਾਰ 'ਤੇ ਹਮਲਾ ਕੀਤਾ, ਜਿਨ੍ਹਾਂ ਨੇ ਸਾਡੇ ਜਗਜੀਤ 'ਤੇ ਹਮਲਾ ਕੀਤਾ, ਉਹਨਾਂ ਦੀ ਧਾਰਾ ਤੋੜੀ ਆ, ਉਹਨਾਂ ਦੀ ਧਾਰਾ 'ਚ ਵਾਧਾ ਕਰਕੇ ਧਾਰਾ ਬਹਾਲ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਅੰਦਰ ਸਿੱਖਾਂ ਵਿੱਚ ਤਾਂ ਇਹਨੂੰ ਸਾਬਤ ਬਾਜੇ ਪਰਿਵਾਰ ਨੂੰ। ਅਗਲੀ ਰਣਨੀਤੀ ਕੀ ਹੈਗੀ ਹੈ? ਅਗਲੀ ਰਣਨੀਤੀ ਚਾਹੇ ਪੱਕੇ ਬੈਠੇ ਹਾਂ ਸੀ, ਜਦੋਂ ਦੋਨੇ ਕੰਮ ਹੋਏ ਨੇ ਉਦੋਂ ਜਾਵਾਂਗੇ, ਨਹੀਂ ਇੱਥੇ ਹੀ ਰਹਾਂਗੇ। ਦਿਨ ਰਾਤ ਦਾ ਸਾਡਾ ਧਰਨਾ ਪੱਕਾ ਹੈ। ਕੋਈ ਅਧਿਕਾਰੀ ਆਇਆ ਪੁਲਿਸ ਦਾ ਹੁਣ ਤੱਕ? ਨਹੀਂ ਅਜੇ ਨਹੀਂ ਆਇਆ, ਸੀ ਆਈ ਡੀ ਵਾਲੇ ਆਏ ਸੀ, ਕਹਿੰਦੇ ਡਿਪਟੀ ਸੈਕਟਰੀ, ਡਿਪਟੀ ਨਾਲ ਕੋਈ ਗੱਲ ਨਹੀਂ, ਕਹਿੰਦੀ ਐਸ ਪੀ ਆਵੇ, ਐਸ ਪੀ ਡੀ ਆਵੇ, ਉਹ ਸਾਨੂੰ ਭਰੋਸਾ ਦੇਵੇ, ਫਿਰ ਇੱਥੋਂ ਚੱਕ ਲਾਂਗੇ, ਥਾਣੇ ਮੂਹਰੇ ਬੈਠਾਂਗੇ, ਲਗਾਤਾਰ ਬੈਠਾਂਗੇ। ਜੇ ਨਾ ਕਰਨਗੇ ਦੋ ਦਿਨ ਠਮ ਲਾਣਗੇ, ਫਿਰ ਘਿਰਾਂਗੇ, ਦੋ ਦਿਨ ਸਾਥ ਬਈ ਬਹਿ ਜਾਂਗੇ, ਪਰ ਜਾਂਦੇ ਨਹੀਂ। ਹੁਣ ਇਹ ਕੰਮ ਕਰਾਏ ਬਣਾ, ਇਹ ਸਾਡਾ ਇਤਿਹਾਸ ਆ ਜਦੋਂ ਅਸੀਂ ਆ ਗਏ। ਇਹ ਮਸਲਾ ਤਕਰੀਬਨ ਪਿਛਲੇ 2 ਮਹੀਨਿਆਂ ਤੋਂ ਲੈ ਕੇ ਲਮਕਦਾ ਆ ਰਿਹਾ ਹੈਗਾ। ਜਿਹੜਾ ਪਿੰਡ ਮਹਿਤੇ ਦੇ ਵਿੱਚ ਸਾਡੇ ਮੇਰੇ ਘਰ ਦੇ ਉੱਤੇ ਜਾ ਕੇ ਮਤਲਬ ਕੁਛ ਗੁੰਡਿਆਂ ਨੇ ਹਮਲਾ ਕੀਤਾ, ਪਰ ਉਹਦੇ 'ਚ ਘਰੇ ਮਾਰਨ ਦੀ ਨੀਤ ਨਾਲ ਗਏ ਨਾ, 307 ਦਾ ਪਰਚਾ ਦਰਜ ਕੀਤਾ ਅਤੇ ਨਾ ਹਜੇ ਤੱਕ ਤਕਰੀਬਨ 2 ਮਹੀਨੇ ਬੀਤ ਗਏ। ਥੱਲਿਓਂ ਵੀ ਜਮਾਨਤ ਕੈਂਸਲ ਹੋ ਗਈ ਬਰਨਾਲਿਓਂ, ਚੰਡੀਗੜ੍ਹੋਂ ਵੀ ਕੈਂਸਲ ਹੋ ਗਈ, ਤਾਂ ਵੀ ਉਹਨਾਂ ਦੀ ਅਰੈਸਟ ਨਹੀਂ ਪੈ ਰਹੀ। ਅਸੀਂ ਅੱਜ ਅਰੈਸਟ ਪਵਾਉਣ ਵਾਸਤੇ ਇੱਥੇ ਪੱਕਾ ਮੋਰਚਾ ਲਾਇਆ, ਤਕਰੀਬਨ ਘੰਟੇ ਕੁ ਨੂੰ ਸਾਡੀ ਸਾਰੀ ਸੰਗਤ ਨੇ ਪਹੁੰਚ ਜਾਣਾ। ਉਸ ਤੋਂ ਬਾਅਦ ਸੜਕ ਜਾਮ ਕਰਨ ਦਾ ਕੀ ਪ੍ਰੋਗਰਾਮ ਬਣਦਾ, ਉਹ ਅਸੀਂ ਗਾ ਬਣਿਆ ਹੋਇਆ ਜਾਂ ਗਾਹਾਂ ਵਾਲਾ ਪ੍ਰੋਗਰਾਮ ਜਿਹੜੇ ਲੀਕਾਂਗੇ ਉਹ ਲੀਕ ਕੇ ਇਸ SH ਨੂੰ ਦੱਸ ਦਿਆਂਗੇ ਵੀ ਇਸ ਬੰਦੇ ਨੂੰ ਸਸਪੈਂਡ ਕਰੋ। ਇਹ ਜਦੋਂ ਕਰਾਉਣਾ ਕੀ ਨਲਾਇਕ, ਤੋਂ ਅਸੀਂ ਲੋਕਾਂ ਦੀ ਰੱਖਿਆ ਵਾਸਤੇ ਪੁਲਿਸ ਲਾਈ ਹੋਈ ਆ, ਨਾ ਕਿ ਇਹ ਗੱਦੀਆਂ 'ਤੇ ਬੈਠਣ ਵਾਸਤੇ। ਤੁਸੀਂ ਇਹ ਤਾਂ SHO ਕਹਿ ਰਿਹਾ ਕਿ ਧਰਨੇ ਲਾਉਂਦੇ ਨਹੀਂ, ਧਰਨਾ ਸਾਡਾ 2 ਮਹੀਨੇ ਬੀਤ ਗਏ ਸਾਡੇ ਜਵਾਕਾਂ ਦੇ ਸੱਟਾਂ ਮਾਰੀਆਂ ਨੂੰ, ਕੀ ਅਸੀਂ ਧਰਨਾ ਨਹੀਂ ਲਾਵਾਂਗੇ? ਹੋਰ ਕਰਾਂਗੇ ਕੀ? ਸਾਡੇ ਹੋਰ ਕੋਲ ਹੈ ਕੀ ਆ? ਤੁਸੀਂ ਲਗਭਗ 1 ਮਹੀਨਾ ਪਹਿਲਾਂ ਵੀ ਧਰਨਾ ਲਗਾਇਆ ਸੀ, ਉਦੋਂ ਕੀ ਪ੍ਰੋਸੈਸ ਲੱਗਿਆ? ਪਿਛਲੀ 23 ਤਰੀਕ ਨੂੰ ਧਰਨਾ ਲਾਇਆ ਸੀ ਅਸੀਂ, ਤਕਰੀਬਨ ਅੱਜ 1 ਮਹੀਨਾ 2-3 ਦਿਨ ਹੋ ਗਏ। ਕੱਲ੍ਹ ਬਿਲਕਦਾ ਸੀ, ਕਹਿੰਦਾ 2 ਦਿਨ ਦੇ ਦਿਓ ਮੈਨੂੰ। ਅਸੀਂ ਹੁਣ ਕਹੇ ਵੀ ਕਾਹਦੇ ਵਾਸਤੇ ਤੈਨੂੰ 2 ਦਿਨ ਦੇ ਦਈਏ, ਤੈਨੂੰ 1.5 ਮਹੀਨਾ ਦੇਤਾ, ਤੂੰ 1.5 ਮਹੀਨੇ ਦੇ ਵਿੱਚ ਹਫ਼ਤਾ ਲੈਤਾ, ਤੇ ਹਫ਼ਤੇ ਤੋਂ ਬਾਅਦ ਫਿਰ 10 ਦਿਨ ਲੈ ਲੈ, ਫਿਰ ਤੂੰ ਉਹ 10 ਦਿਨਾਂ ਤੋਂ ਬਾਅਦ ਤੁਹਾਡੇ 17 ਦਿਨ ਪੂਰੇ ਹੋ ਗਏ, 17 ਤੋਂ 17 ਫਿਰ ਬੀਤ ਗਏ, ਫਿਰ ਨਹੀਂ ਰੈਸਟ ਅਜੇ ਤੱਕ ਕਿਸੇ ਦੀ। ਕਹਿੰਦੇ ਮੁੰਡੇ ਚੰਡੀਗੜ੍ਹ ਬੈਠੇ ਰਹੇ ਨੇ ਧਰਨੇ 'ਚ, ਉਹ ਪਤਾ ਇਹਨਾਂ ਨੂੰ ਚੰਡੀਗੜ੍ਹ ਬੈਠੇ ਨੇ, ਫਿਰ ਰੈਸਟ ਕਿਉਂ ਨਹੀਂ ਪੈਂਦੀ? ਫਲਾਣੇ ਥਾਂ ਬੈਠੇ ਨੇ ਜੀ, ਇੰਨੀ ਲੋਕੇਸ਼ਨ ਆ ਰਹੀ ਹੈ, ਫਿਰ ਲੋਕੇਸ਼ਨ 'ਤੇ ਇਹਨਾਂ ਨੂੰ ਕਿਉਂ ਨਹੀਂ ਫੜਿਆ ਜਾਂਦਾ? ਅਤੇ ਜੇ ਕੋਈ ਮਾੜਾ ਮੋਟਾ ਕੰਮ ਕਰਦਾ, ਜਿਵੇਂ ਹੁਣ ਅੰਮ੍ਰਿਤਪਾਲ ਤੋਂ ਲੈ ਲਓ, ਉਹਦੇ ਮਗਰ ਸਾਰੀ ਮਤਲਬ 80,000 ਪੁਲਿਸ ਤੁਰੀ ਫਿਰਦੀ ਆ, ਅਤੇ ਹੋਰ ਕਿੰਨੇ ਮੁੰਡੇ ਪੰਜਾਬ ਦੇ ਅਰੈਸਟ ਕਰੀ ਬੈਠੀ ਆ, ਅਤੇ ਜਿਹੜਾ ਅਪਰਾਧ ਕਰਦਾ ਉਹਦੇ ਵਾਸਤੇ ਖੁੱਲ੍ਹੇ ਇਹ, ਕਿਉਂਕਿ ਇਹਨਾਂ ਨੂੰ ਮੋਟੀਆਂ ਜੇਬਾਂ ਭਰਦੀਆਂ ਨੇ ਇਹਨਾਂ ਦੀਆਂ। ਜਿਹੜੀ ਇਹਦੀ ਕਰਤੂਤ ਆ, ਇਸ ਸੱਚ ਤੀਜੀ ਵਾਰ ਧਰਨਾ ਲੱਗਿਆ ਇਹਦੇ ਜਿੱਦਾਂ ਦਾ ਇੱਥੇ ਥਾਣੇ 'ਚ ਆਇਆ। ਅਸੀਂ ਕਹਿੰਦੇ ਵੀ ਇਹੋ ਜਿਹੇ ਨਲਾਇਕ ਤੋਂ ਕਰਾਉਣਾ ਕਿ ਇਹਨੂੰ ਸਸਪੈਂਡ ਕਰਕੇ ਘਰੇ ਤੋਰੋ, ਸਾਨੂੰ ਕੀ ਜ਼ਰੂਰਤ ਆ ਇਹੋ ਜਿਹੇ ਪ੍ਰਸ਼ਾਸਨ ਦੀ ਜਿਹੜੀ ਸਾਡੀ ਰੱਖਿਆ ਹੀ ਨਹੀਂ ਕਰ ਸਕਦਾ? ਤੁਹਾਡੀ ਮੰਗ ਨਹੀਂ ਪੂਰੀ ਹੁੰਦੀ, ਤੁਹਾਡਾ ਕੀ ਸੰਘਰਸ਼ ਲੀਕਾ ਜਾਵੇਗਾ? ਸਾਡਾ ਘੋਲ ਇਹ ਜਾਰੀ ਰਹੂਗਾ ਜਿੰਨਾ ਚਿਰ ਉਹ ਗ੍ਰਿਫਤਾਰ ਨਹੀਂ ਹੁੰਦੇ। ਅਤੇ ਜਿਹੜਾ ਰੂੜੇ ਕਾਲਾ ਮਸਲਾ, ਸਾਡਾ ਇੱਕ ਮੰਦਬੁੱਧੀ ਉਹਦੇ ਪਤਨੀ ਆ, ਉਹਦੀ ਧੀ ਇੱਥੇ ਦੇਖੋਗੇ ਤੁਸੀਂ ਵਿੱਚ ਬੈਠੀ ਆ, ਜਿਹਦੀ ਲੱਤ ਤੋੜਤੀ, ਰਾੜ ਪਿਆ, ਪਰ ਇੱਥੋਂ ਦੇ DSP ਨੇ ਉਲਟਾ ਧਾਰਾ 458 ਤੋੜ ਕੇ ਅਤੇ ਉਹਨਾਂ ਦੀ 7-5 ਦੀਆਂ ਜਵਾਨਤਾਂ 'ਚ ਉਹਨਾਂ ਨੂੰ ਬਾਹਰ ਕੱਢਤਾ, ਇੱਕ ਬੰਦੇ ਨੂੰ ਪੈਸੇ ਲੈ ਕੇ ਬਾਹਰ ਕੱਢਤਾ। ਇਹੋ ਜਿਹੀ ਇਹਨਾਂ ਦੀਆਂ ਕਰਤੂਤਾਂ ਨੇ। ਜੇ ਅਸੀਂ ਕਰਤੂਤਾਂ ਇਹਨਾਂ ਦੀਆਂ ਦੱਸਦੇ ਹਾਂ ਤਾਂ ਫਿਰ ਕਿਸਾਨ ਜੀ ਵਾਲੇ ਕਹਿੰਦੇ ਧਰਨੇ ਲਾਉਂਦੇ ਨੇ, ਦੱਸੋ ਜੀ ਸਾਡੇ ਕੋਲ ਹੱਲ ਕੀ ਆ? ਹੋਰ ਧਰਨੇ ਤੋਂ ਬਿਨਾਂ ਸਾਨੂੰ ਹੱਲ ਦੱਸਣ ਕੀ ਆ?